percussion my percussion thanks percussion जय हिंद दोस्तों मैं प्रीतम सिंह प्रीतम फिट आर्मी का फाउंडर एंड इंस्ट्रक्टर दोस्तों आज ਤੁਹਾਡੇ ਸਾਹਮਣੇ ਇੱਕ ਖਾਸ ਵੀਡੀਓ ਲੈ ਕੇ ਆਇਆ ਜਿਹੜੇ ਵਿੱਚ ਬਹੁਤ ਸਾਰੇ ਵਿੱਚ ਇਸ ਤਰ੍ਹਾਂ ਜਦੋਂ ਉਹਦਾ ਰਿਜ਼ਲਟ ਆਇਆ ਪੰਜਾਬ ਪੁਲਿਸ ਦਾ ਬੱਚੇ ਇਹ ਪੁੱਛ ਰਹੇ ਨੇ ਕਿ ਸਰ ਸੈਕੰਡ ਲਿਸਟਾ ਜਿਹੜੀ ਉਹ ਆਏਗੀ ਜਾਂ ਵੇਟ ਉਹਦਾ ਕਰ ਸਕਦੇ ਆ ਜਾਂ ਨਹੀਂ ਸਾਨੂੰ ਦੱਸੋ ਇਹਦੇ ਬਾਰੇ ਕਲੀਅਰ ਕਰੋ ਤਾਂ ਇਹ ਵੀਡੀਓ ਉਸ ਦੇ ਰਿਲੇਟਡ ਆ ਤੁਹਾਨੂੰ ਸਾਰਾ ਇਸ ਵਿੱਚ ਦੱਸਾਂਗੇ ਤੇ ਇੱਕ ਬੱਚੇ ਨੇ ਹੈਲਪ ਟੈਕਸ ਤੇ ਕੁਇਰੀ ਪਾਈ ਸੀ ਤਾਂ ਉਸ ਦੇ ਰਿਲੇਟਡ ਉਹਨਾਂ ਨੇ ਕੀ ਅਨਸਰ ਦਿੱਤਾ ਤੁਹਾਨੂੰ ਇਸ ਵੀਡੀਓ ਵਿੱਚ ਕੱਦ ਦੱਸਾਂਗੇ ਦੋਸਤੋ ਇਹ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਜਰੂਰ ਕਰਿਓ ਤੇ ਦੋਸਤੋ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਮੇਕ ਸ਼ੋਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਨੋਟੀਫਿਕੇਸ਼ਨ ਜਰੂਰ ਦਬਾ ਲਿਓ ਤਾਂ ਕਿ ਤੁਹਾਨੂੰ ਪੰਜਾਬ ਪੁਲਿਸ ਰਿਲੇਟਡ ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਫਰੰਟ ਤੇ ਮਿਲ ਸਕੇ ਦੋਸਤੋ ਦੇਰ ਦੇਰ ਨਾ ਕਰਦੇ ਹੋ ਵੀਡੀਓ ਕਰਦੇ ਸਟਾਰਟ ਇੱਕ ਕਕੇਸ ਬੱਚੇ ਨੇ ਪੰਜਾਬ ਹੈਲਪ ਟੈਕਸ ਦੇ ਉੱਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਜੇ ਕੋਈ ਜਿਵੇਂ ਤੁਸੀਂ ਪਹਿਲਾਂ ਟ੍ਰਾਇਲ ਦਿੱਤੇ ਨੇ ਹਨਾ ਟ੍ਰਾਇਲ ਦੇ ਵਿੱਚ ਜੇ ਕਿਸ ਨੇ ਟ੍ਰਾਇਲ ਪੋਸਟਪੋਨ ਕਰਾਉਣਾ ਹੋਵੇ ਜਾਂ ਕੁਝ ਡਾਕੂਮੈਂਟ ਬਾਰੇ ਡਾਣ ਕਰਾਈ ਲੈਣੀ ਹੋਵੇ ਕੁਝ ਵੀ ਕਿਸੇ ਤਰ੍ਹਾਂ ਦੀ ਤਾਂ ਉਹ ਬੱਚੇ ਗਿਆ ਹੈਲਪ ਟੈਕਸ ਦੇ ਉੱਤੇ ਕੁਇਰੀ ਪਾ ਦਿੰਦੇ ਨੇ ਤਾਂ ਇਸੇ ਤਰ੍ਹਾਂ ਇੱਕ ਬੱਚੇ ਨੇ ਹੈਲਪ ਟੈਕਸ ਦੇ ਉੱਤੇ ਕੁਇਰੀ ਪਾਈ ਹੈ ਤਾਂ ਦੇਖ ਸਕਦੇ ਹੋ ਇਸ ਦੇ ਉੱਤੇ ਉਹਨਾਂ ਨੇ ਲਿਖਿਆ ਬੱਚੇ ਨੇ ਲਿਖਿਆ ਹੈ ਸਰ ਪਲੀਜ਼ ਟੈਲ ਅਬਾਊਟ ਪੰਜਾਬ ਪੁਲਿਸ ਕਨਸਟੇਬਲ ਆਫਟਰ ਫਾਈਨਲ ਰਿਜ਼ਲਟ ਵਿਲ ਬੀ देयर ਵਿਲ ਥੇਰ ਬੀ ਏ ਵੇਟਿੰਗ ਲਿਸਟ ਐਨੀ ਚਾਂਸ of waiting list ਤਾਂ ਇਸ ਬੱਚੇ ਨੇ ਲਈ ਕੁਸ਼ਨ ਲਿਖਿਆ ਕਿ ਜੋ ਮਤਲਬ ਕਿ ਸਰ ਜਿਹੜਾ ਪੰਜਾਬ ਪੋਸਟ ਕਨਸਟੇਬਲ ਦਾ ਫਾਈਨਲ ਰਿਜ਼ਲਟ ਜਿਹੜਾ ਆਇਆ ਹੈ ਕਿ ਉਸ ਤੋਂ ਬਾਅਦ ਆ ਜਿਹੜਾ waiting list ਦੇ ਕੋਈ ਚਾਂਸ ਹੈ ਕੋਈ ਜਿਹੜੀ ਨੈਕਸਟ waiting list ਹੈ ਜਿਹੜੀ ਉਹ ਆ ਸਕਦੀ ਹੈ ਕੋਈ ਸੈਕੰਡ ਲਿਸਟ ਤਾਂ ਇਸ ਦਾ ਜਵਾਬ ਤਾਂ ਦੋਸਤੋ ਉਹਨਾਂ ਨੇ ਕੀ ਦਿੱਤਾ ਜਵਾਬ ਦੇ ਵਿੱਚ ਦੋਸਤੋ ਉਹਨਾਂ ਨੇ ਇਸ ਡੀਅਰ ਕੈਂਡੀਡੇਟ ਅਸ ਪਰ ਸਟੈਂਡਿੰਗ ਆਰਡਰ ਪੇਜ ਨੰਬਰ 10 ਪੇਜ ਨੰਬਰ ਪੁਆਇੰਟ ਨੰਬਰ 8 ਸੀ देयर विल बी नो waiting list ਤਾਂ ਜੀ ਕੋਈ ウェイਟਿੰਗ ਲਿਸਟ ਆਉਣ ਦਾ ਕੋਈ ਚਾਂਸ ਨਹੀਂ ਹੈ ਤਾਂ ਉਹਨਾਂ ਨੇ ਇਹ ਆਫੀਸ਼ੀਅਲੀ ਇਹ ਦੱਸ ਦਿੱਤਾ ਹੈ ਠੀਕ ਹੈ ਤੇ ਤੁਹਾਨੂੰ ਪਹਿਲਾਂ ਵੀ ਪਤਾ ਹੀ ਹੈ ਪਹਿਲਾਂ ਜਿਹੜੇ ਵਿੱਚ ਕਹੀ ਜਾਂਦੇ ਸੀਗੇ ਕਿ ਹਨਾ ਜਦੋਂ ਆਪਣਾ ਹੋਇਆ ਸੀਗਾ ਫਿਜ਼ੀਕਲ ਦੇ ਇੱਕ ਟ੍ਰਾਇਲ ਹੋਣੇ ਸੀਗੇ ਉਹਦੇ ਵਿੱਚ ਵੀ ਕਹਰੇ ਸੀ ਬੱਚੇ ਕਿ ਹਾਂ ਜਿਹੜੀ ਐ ਸੈਕੰਡ ਲਿਸਟ ਆएगी ਆਏਗੀ ਬਟ ਨਹੀਂ ਆਈ ਹੈਗੀ ਹਨਾ ਤਾਂ ਇਸੇ ਕਰਕੇ ਇਸ ਦੇ ਵਿੱਚ ਵੀ ਸੇਮ ਹਨਾ ਤਾਂ ਹੁਣ ਜਿੰਨੇ ਵੀ ਸਿਲੈਕਟਡ ਕੈਂਡੀਡੇਟਾਂ ਸਾਰੇ ਉਹਨਾਂ ਨੇ ਉਨਾਂ ਹੀ ਕਿ ਰੱਖਿਆ ਜਿੰਨੀ ਕਿ ਵੈਕੈਂਸੀ ਸੀਗੀ ਉਹਨਾਂ ਨੇ ਕਿ ਰੱਖਿਆ ਤਾਂ ਕੋਈ ਚਾਂਸ ਨਹੀਂ ਹੈ ਬਟ ਫਿਰ ਵੀ ਬਹੁਤ ਸਾਰੇ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਸਵਾਲ ਹੈਗਾ ਹੈ ਕਿ ਜੇਕਰ ਦੋਸਤੋ ਤੁਸੀਂ ਵੀ ਇਸ ਨੂੰ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਹੈਲਬੈਕਸ ਤੇ ਗੋਰੀ ਪਾ ਕੇ ਦੇਖ ਸਕਦੇ ਹੋ ਖੁਦ ਤੇ ਜੇ ਤੁਹਾਨੂੰ ਜਿਵੇਂ ਤੁਹਾਨੂੰ ਪਤਾ ਮੈਡੀਕਲ ਦੇ ਬਾਰੇ ਜਾਣਕਾਰੀ ਲੈਣੀ ਹੈ ਜਾਂ ਜੋਇਨਿੰਗ ਬਾਰੇ ਜਾਂ ਕਿਸੇ ਡਾਕੂਮੈਂਟ ਬਾਰੇ ਜਾਣਕਾਰੀ ਲੈਣੀ ਹੈ ਤਾਂ ਇਸ ਤੇ ਤੁਸੀਂ ਡਿਟੇਲ ਸੌਰੀ ਡੈਸਕ ਹੈਲਪ ਡੈਕਸ ਤੇ ਕੋਈ ਬਾਗੇ ਇਹ ਸਭ ਕੁਝ ਪੁੱਛ ਸਕਦੇ ਹੋ ਜੇ ਦੋਸਤੋ ਤੁਹਾਨੂੰ ਕਿਸੇ ਹੋਰ ਹੈਲਪ ਦੀ ਲੋੜ ਹੋਵੇ ਤਾਂ ਮੇਰਾ ਨੰਬਰ ਡਿਸਪਲੇ ਹੋ ਰਿਹਾ 8847478213 ਤਾਂ ਤੁਸੀਂ ਮੈਨੂੰ ਕਿਸੇ ਟਾਈਮ ਕਾਲ ਕਰ ਸਕਦੇ ਹੋ ਜੇ ਤੁਹਾਡਾ ਕਿਸ ਤਰ੍ਹਾਂ ਦੀ ਕਮੈਂਟ ਜਾਂ ਕੋਈ ਕੁਐਰੀ ਹੈ ਕਿਸ ਤਰ੍ਹਾਂ ਦੀ ਗੱਡਿੰਗ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਮੈਂ ਦੱਸ ਦਿਓ ਤੇ ਮਿਲਦੇ ਆ ਦੋਸਤੋ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਜੈ ਹਿੰਦ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਦੋਸਤੋ ਜੈ ਹਿੰਦ